ये सुल्पा उल्पा और वो चिट्टा उट्टा ये कछु भी हो, हम तो बाहर थे। महीने डेढ़ महीना अब जितना इतना ही हुआ भाई। मंदिर एक अजिहा धार्मिक स्थान है जिथे लोकां नूं ज्ञान ते सही राह ते चलन दा पाठ पढ़ाया जांदा है, पर हुण इन्हां धार्मिक स्थानां ते भी नशे दा वास हो गया। अजिहा ताजा मामला सामने आया दीनानगर दे शिव मंदिर तों, जिथे मंदिर दे पुजारी कोल 9 ग्राम हैरोइन अते एक इलेक्ट्रॉनिक तराजू बरामद होया, जिस नूं पुलिस ने मौके ते गिरफ्तार कर लिया। उत्थे दूसरे पुजारी ने दस्या कि ओ साडे नाल रहिंदा जरूर सी, पर इस काम बारे सानू कुछ भी नहीं पता सी। क्या किस जे दोष में पकड़ा से? अब यहां ही वो सुल्पा उल्पा मिला जी, काका मिला, हम तो फिर बाहर भाग गए थे। ये सुल्पा उल्पा और वो चिट्टा उट्टा ये कछु भी हो, हम तो बाहर थे। कब से काम कर रहा था? अभी महीना से महीना डेढ़ महीना अब जितना इतना ही हुआ भाई। बेचता भी था? नहीं, उसके पास तराजू मिला ना एक? जैसा भी वही अपन तो उससे। कितने दिन से काम कर रहा था? कितने सालों से? महीना डेढ़ महीना तो हुआ है। अच्छा, आपके साथ ही रहता था? हाँ जी, देती तो साथ ही में ही मना हम अपने काम में लगे रहते हैं, पूजा पाठ का काम है ही हमारा, तो हम तो बाहर ही रहते हैं बत्ती बनाना कहूँ। आपको नहीं पता था कि वो काम करते? नहीं, वो तो हमें मालूम ही कि करते थे, अपन क्यों झूठ बोले, मगर अपन बाहर। उधर दूसरे पास इस मामले च दीनानगर थाने दे SHO बलदेव राज ने दस्या है कि उन्हां नूं गुप्त सूचना मिली सी कि रजिंद्रपुरी नाम दा पुजारी मंदिर च नशा बेचण दा काम करदा। कल मिती 16/12/18 ਨੂੰ ASI ਹਰਬੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬੱਸ ਅੱਡੇ ਮੌਜੂਦ ਸੀਗਾ ਕਿ ਉਹਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਰਜਿੰਦਰਪੁਰੀ ਨਾਂ ਦੇ ਬਾਬਾ ਹੈ, ਉਹ ਸਾਧੂ ਦੇ ਭੇਸ ਵਿੱਚ ਹੈ ਅਤੇ ਇਸ ਸਮੈਕ ਵਿੱਚ ਦਾ ਪੀਂਦਾ ਵੀ ਹੈ ਅਤੇ ਵੇਚਦਾ ਵੀ ਹੈ। ਤੋ ਇਸ ਸੰਬੰਧ ਵਿੱਚ ਫਿਰ ਜਦੋਂ ਉਹਨਾਂ ਨੇ ਫੋਨ ਕਰਕੇ ਦੱਸਿਆ ਥਾਣੇ ਅਤੇ ASI ਹਰਮੇਸ਼ ਕੁਮਾਰ ਡਿਊਟੀ ਅਫਸਰ ਜਿਹੜੇ ਸੀ ਉਹ ਗਏ, ਉਹਨਾਂ ਨੇ ਜਾ ਕੇ ਮੌਕੇ 'ਤੇ ਬਾਬੇ ਨੂੰ ਪੁੱਛ ਪੜਤਾਲ ਕੀਤੀ ਅਤੇ ਉਹਨਾਂ ਨੇ ਕਿਹਾ ਜੋ ਪ੍ਰੋਸੈਸ ਸੀਗਾ ਉਹਨੂੰ ਅਡੋਪਟ ਕੀਤਾ। ਉਸ ਤੋਂ ਬਾਅਦ DSP ਸਾਹਿਬ ਜਿਹੜੇ ਸਾਡੇ ਹੈਗੇ ਸ਼੍ਰੀ ਮਨੋਜ ਕੁਮਾਰ ਜੀ, ਉਹਨਾਂ ਨੂੰ ਮੌਕਾ 'ਤੇ ਬੁਲਾ ਕੇ ਉਹਦੀ ਤਲਾਸ਼ੀ ਕੀਤੀ ਗਈ ਤਾਂ ਇਹਦੇ ਉਸ ਬਾਬੇ ਕੋਲੋਂ ਜਿਹੜੀ ਹੈ ਇਹਦਾ ਨਾਂ ਹੈਗਾ ਰਜਿੰਦਰਪੁਰੀ ਪੁੱਛ ਪੜਤਾਲ ਪਤਾ ਲੱਗਾ। ਇਹਦੇ ਪਿਓ ਦਾ ਬਾਪ ਦਾ ਨਾਂ ਹੈਗਾ ਹਰਗੋਬਿੰਦਪੁਰੀ, ਪਿਛਲਾ ਪਤਾ ਇਹਦਾ ਹੈਗਾ ਗਣੇਸ਼ ਘਾਟ ਹਰਿਦੁਆਰ ਦਾ ਰਹਿਣ ਵਾਲਾ ਅਤੇ 13-14 ਸਾਲ ਤੋਂ ਇਹ ਸ਼ਿਵਾਲਾ ਮੰਦਿਰ ਦੀਨਾਨਗਰ ਰਹਿ ਰਿਹਾ ਸੀਗਾ ਅਤੇ ਇਹਦੀ ਤਲਾਸ਼ੀ ਕਰਨ 'ਤੇ ਇਹਦੇ ਕੋਲੋਂ 9 ਗ੍ਰਾਮ ਹੀਰੋਇਨ ਮਿਲੀ ਹੈ ਸਮੇਤ ਇੱਕ ਇਹਦੇ ਨਾਲ ਇੱਕ ਇਲੈਕਟ੍ਰੋਨਿਕ ਕੰਡਾ ਸੀ ਜਿੱਥੋਂ ਇਹ ਸਾਬਤ ਸੀਗਾ ਕਿ ਵਾਕਈ ਇਹ ਹੀਰੋਇਨ ਮੰਗਾ ਕੇ ਅਤੇ ਗਾਹਕਾਂ ਨੂੰ ਵੇਚਦਾ ਸੀਗਾ। ਤੋ ਸੋ ਇਸ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ ਜਿਹੜਾ ਸੀ ਇਹਦੇ ਖਿਲਾਫ਼ ਬਣਦੀ ਕਾਰਵਾਈ ਕਰਕੇ ਮੁਕੱਦਮਾ ਦਰਜ ਕਰ ਲਿਆ ਅਤੇ ਇਹਦੀ ਪੁੱਛ ਪੜਤਾਲ ਦੌਰਾਨ ਜਿੰਨੇ ਵੀ ਹੋਰ ਇਹਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਵੀ ਲਿਆ ਕੇ ਇਸ ਮੁਕੱਦਮਾ ਵਿੱਚ ਅਰੈਸਟ ਗ੍ਰਿਫਤਾਰ ਕੀਤਾ ਜਾਵੇਗਾ। ਕਿੰਨੀ ਦੇਰ ਸਰ ਕੰਮ ਕਰਦਾ ਕੋਈ ਲੱਗਾ ਪਤਾ? ਇਹ ਕੋਈ 4-5 ਮਹੀਨੇ ਤੋਂ ਇਸ ਕੰਮ 'ਚ ਲੱਗਿਆ ਹੋਇਆ ਸੀਗਾ। ਧਾਰਮਿਕ ਸਥਾਨਾਂ ਤੇ ਲੋਕ ਆਪਣੀ ਸ਼ਰਧਾ ਨਾਲ ਜਾਂਦੇ ਨੇ ਤਾਂ ਕਿ ਉਹ ਗਲਤ ਰਾਹ ਤੋਂ ਹਟ ਕੇ ਸਿੱਧੇ ਰਾਹ ਤੇ ਚੱਲਣ, ਪਰ ਹੁਣ ਜੇਕਰ ਮੰਦਰਾਂ ਦੇ ਪੁਜਾਰੀ ਹੀ ਨਸ਼ਾ ਵੇਚਣਗੇ ਤਾਂ ਉਹ ਲੋਕਾਂ ਨੂੰ ਕੀ ਸੇਧ ਦੇਣਗੇ? ਦੀਨਾਨਗਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।